ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਜ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ, ਅੱਜ ਫੌਜੀ ਸਾਹਿਬ ਕੇ ਪਹੁੰਚ ਚੁੱਕੇ ਹਾਂ, ਪਿੰਡ ਖੈੜਾ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ, ਤਹਿਸੀਲ ਬਾਬਾ ਕਾਲਾ। ਅਤੇ ਅੱਜ ਵੀ ਬਾਈਆਂ ਕੋਲ ਕੋਈ 7-8 ਦੇ ਲੱਗ ਪਿਆ ਝੋਟੇ ਦਾ ਸੇਲ ਆ, ਨਾਲ ਨੀਲੀ ਰਾਵੀ ਵੀ ਹੈ ਜੀ। ਅਤੇ ਆਓ ਹੁਣ ਬਾਈ ਜੀ ਨੇ ਗੱਲਬਾਤ ਕਰੀਏ, ਇਹਨਾਂ ਪ੍ਰਾਈਸ ਕੀ ਆ, ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਬਾਈ ਜੀ, ਰਿਕੈਸਟਮਰ ਵੱਲੋਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਖਰੀਦੋ, ਨਾਲੇ ਵੀਡੀਓ ਬਾਅਦ ਤੁਸੀਂ ਕਰਦਿਆ ਕਰੋ। ਚਲੋ ਗਾਵੇ ਵੀ ਦਾ ਫਾਇਦਾ ਹੋ ਸਕੇ, ਹੁਣ ਆਪਾਂ ਬਾਈ ਜੀ ਹੋਣੀ ਗੱਲਬਾਤ ਕਰੀਏ। ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ ਕਿੱਦਾਂ ਜੀ? ਸਭ ਠੀਕ ਠਾਕ, ਵਧੀਆ ਚੜ੍ਹਦੀ ਕਲਾ। ਤੁਸੀਂ ਸੁਣਾਓ, ਠੀਕ ਠਾਕ? ਮੇਰਾ ਮੇਰਾ ਤੁਹਾਡੇ ਮੇਰਾ ਜੀ, ਠੀਕ ਹੈ। ਪਹਿਲੀ ਤੇ ਬਹੁਤ ਖੁਸ਼ੀ ਦੀ ਗੱਲ ਹੈ, ਜਦ ਮਤਲਬ 1 ਸਾਲ ਹੋ ਚੱਲਿਆ। ਅੱਛਾ ਜੀ, ਅੱਜ 15 ਤਰੀਕ ਹੈ ਨਾ? ਹਾਂਜੀ ਜੀ। ਤੇ 15 ਤਰੀਕ ਨੂੰ ਮਤਲਬ ਆਪਾਂ ਪਹਿਲੀ ਵੀਡੀਓ ਬਣਾਈ। ਅੱਛਾ, ਠੀਕ ਹੈ। 1 ਸਾਲ ਹੋ ਗਿਆ ਆਪਾਂ ਨੂੰ। ਤੇ ਚਲੋ ਆਪਣੀ ਇੱਕ ਬੇਨਤੀ ਹੁੰਦੀ ਆ। ਹਾਂਜੀ ਜੀ, ਕਿ ਭਰਾਵਾਂ ਅੱਗੇ ਆ, ਰਿਕੁਐਸਟ ਆ ਵੀ ਰਲ ਮਿਲ ਕੇ ਰਹੋ। ਮੈਂ 2-4 ਵੀਡੀਓ ਵੇਖੀਆਂ ਵਾ। ਹਾਂਜੀ, ਕੁਛ ਯਾਰ ਐਵੇਂ ਛੋਟੀਆਂ ਛੋਟੀਆਂ ਗੱਲਾਂ ਤੋਂ ਕੋਈ ਏਡਾ ਵੱਡਾ ਮਸਲਾ ਬਣਾ ਕੇ ਬਹਿਣਾ, ਕੋਈ ਮੇਰੇ ਹਿਸਾਬ ਨਾਲ ਚੰਗੀ ਗੱਲ ਨਹੀਂ। ਹਾਂਜੀ ਹਾਂਜੀ ਹਾਂਜੀ, ਸ਼ੋਭਾ ਨਹੀਂ ਦਿੰਦੀ ਇਹ ਚੀਜ਼। ਬਿਲਕੁਲ ਜੀ, ਠੀਕ ਨਹੀਂ? ਇਹ ਮਾਲਦਾਰੀ ਆ, ਦੁਕਾਨਦਾਰੀ ਆ, ਚੱਲਣ ਦੀ ਆ, ਇਹਨੂੰ ਚੱਲਦੀ ਰਹਿਣ ਦੀ ਆਪਾਂ। ਬਿਲਕੁਲ ਭਾਜੀ, ਬਿਲਕੁਲ। ਤੇ ਵੇਖੋ ਤੁਹਾਡਾ ਤੇ ਇਹ ਹੈ ਕਿ ਤੁਸੀਂ ਬਣਾਉਣੀ ਆ, ਤੇ ਜਿਹੜਾ ਗਾਹਕ ਲੈਣ ਦਿਆ ਨਾ, ਹਾਂਜੀ, ਉਹਨੂੰ ਚਾਹੀਦਾ ਵਾ ਖੁਦ ਟਰਾਈ ਕਰਕੇ ਖੜੇ। ਬਿਲਕੁਲ ਭਾਜੀ, ਬਿਲਕੁਲ। ਤੇ ਨੰਬਰ 2, ਚਲੋ ਜੇ ਗਾਹਕ ਨੂੰ ਡੰਗਰ ਮਾੜਾ ਪੈ ਗਿਆ ਨਾ, ਹਾਂਜੀ ਜੀ, ਤੇ ਵਪਾਰੀ ਨੂੰ ਏਡੀ ਗੱਲ ਨਹੀਂ, ਕੋਈ ਥੋੜੀ ਕੋਈ ਹਮਾਇਤ ਚ ਖਲੋ ਜੇ। ਬਿਲਕੁਲ ਜੀ, ਕੋਈ ਚੱਕਰ ਏਡਾ ਵੱਡਾ ਨਹੀਂ ਆ। ਤੇ ਮੇਰੇ ਹਿਸਾਬ ਨਾਲ ਸ਼ਾਇਦ ਸੰਦੀਪ ਜੀ, ਸਾਡੇ ਜਿਹੜੀ ਮੈਮ ਅੱਜ ਦੀ ਵੀਡੀਓ ਪਾਈ ਹੋਗੀ, ਸ਼ਾਇਦ ਇਹ ਤੁਹਾਨੂੰ ਕਿਸੇ ਨੇ ਫੋਨ ਕੀਤਾ ਹੋਗੀ ਫੌਜੀ ਕੋਲ। ਨਹੀਂ 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 ਨਹੀਂ, ਠੀਕ ਆ। ਇੱਕ ਮੇਰੇ ਸੱਜਣ ਨੂੰ ਮੱਝ ਕੱਚੀ ਪੈ ਗਈ ਸੀ, ਜਾਨੀ ਟਾਈਮ ਸਲਾ ਮਤਲਬ ਲੈਂਦੀ ਸੀ ਸੁਣਨ ਨੂੰ, ਉਹਨੇ ਫੋਨ ਕੀਤਾ ਫੌਜੀ ਸਾਹਿਬ ਮੱਝ ਸੁਣਨੀ, ਮੈਂ ਭਾਜੀ ਕੋਈ ਗੱਲ ਨਹੀਂ, ਕਰਾ ਦਿਓ, ਬਿਲਕੁਲ ਕਰਾਇਆ ਲੈ ਜਾਓ, ਇਹਦੀ ਸਾਂਭ ਲੈ ਲਓ। ਬਿਲਕੁਲ ਜੀ, ਤੇ ਚਲੋ ਪਿਆਰ ਨਾਲ ਤੇ ਹਰ ਕੰਮ ਹੋ ਜਾਂਦਾ, ਤੇ ਗੁੱਸੇ ਨਾਲ ਕੋਈ ਕੰਮ ਨਹੀਂ ਹੁੰਦਾ। ਤੇ ਸਾਡੀ ਇੱਕੋ ਬੇਨਤੀ ਆ, ਰਲ ਮਿਲ ਕੇ ਰਹੋ। ਬਿਲਕੁਲ ਜੀ, ਸਾਰਿਆਂ ਨੂੰ ਗੁਰੂ ਰਾਮਦਾਸ ਦੀ ਕਿਰਪਾ ਆ, ਤੇ ਸਾਰਿਆਂ ਦਾ ਜਲ ਪਾਣੀ, ਜਿਨ੍ਹਾਂ ਦਾ ਇਹ ਕਾਰੋਬਾਰ ਇਹ ਤੋਂ ਚੱਲਣ ਡਿਆ ਵਾ। ਬਿਲਕੁਲ ਜੀ, ਬਾਕੀ ਹਰ ਬੰਦੇ ਦੀ ਸੋਚ ਸੰਦੀਪ ਸਾਹਿਬ ਵੱਖਰੀ 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 ਜੀ। ਤੇ ਅਸੀਂ ਤਾਂ ਹਰ ਬੰਦੇ ਕਰੀ ਇਹੋ ਕਹਿੰਦੇ ਕਿ ਚੰਗਾ ਕੰਮ ਕਰੋ, ਚੰਗਿਆਈ ਜਿਹੜੀ ਉਹ ਨਾਲ ਜਾਣੀ, ਜੇ ਹੈ ਕੁਛ ਨਹੀਂ ਆ ਕੂੜਾ ਹੀ ਆ ਸਾਰਾ ਇੱਥੇ ਰਹਿ ਜਾਣਾ। ਤੇ ਆਪਣਾ ਸਫਾਈ ਦੇ ਕੰਮ 'ਚ ਵਾਧਾ ਵਾ। ਬਿਲਕੁਲ ਭਾਜੀ, ਬਿਲਕੁਲ। ਤੇ ਆਪਾਂ ਤਾਂ ਇਹ ਗੱਲ ਕਹਿੰਦੇ ਹਾਂ, ਬਾਕੀ ਸੰਦੀਪ ਸਾਹਿਬ ਕੰਮ ਚੱਲਦੇ ਰਹਿਣੇ ਆ, ਰੁਕਣਾ ਨਹੀਂ ਆ। ਜੇ ਵੀਡੀਓ ਪਹਿਲਾਂ ਨਹੀਂ ਸੀ ਚੱਲਦੀ ਤਾਂ ਤਾਂ ਵੀ ਚੱਲਦਾ ਸੀ, ਜੇ ਹੁਣ ਮਤਲਬ ਚੱਲ ਰਿਹਾ ਤਾਂ ਲੋਕਾਂ ਨੂੰ ਸਗੋਂ ਸੌਖਾ ਆ। ਹਾਂਜੀ, ਅੱਜ ਵੀਡੀਓ ਪਾਓ, ਪੈਸੇ ਵੱਟੋ, ਗਾਹਕ ਵੀ ਖੁਸ਼ ਆ, ਆਪਾਂ ਵੀ ਖੁਸ਼। ਤੇ ਵਧੀਆ ਧੰਦਾ ਵਾ, ਵਧੀਆ ਉਪਰਾਲਾ। ਬਿਲਕੁਲ ਜੀ, ਮੇਰੇ ਹਿਸਾਬ ਨਾਲ ਨਾ ਥੋੜੀ ਕੁ ਬ੍ਰੇਕ ਜੀ ਲੱਗ ਰਹੀ ਹੈ ਹਨਾ ਜੀ। ਦੁੱਖ ਹੈ ਅੱਜ ਮੈਨੂੰ ਇਸ ਗੱਲ 'ਚੋਂ, ਕਿਹੜੀ ਗੱਲ ਤੋਂ ਚੱਲਦੇ ਕੰਮ ਨੂੰ ਰੋਕਣਾ, ਚੱਲਦੀ ਚੀਜ਼ ਚੱਲਦਾ ਕੰਮ ਰੋਕਣ ਦਾ ਨਾ ਗਲਤ ਹੁੰਦਾ। ਬਿਲਕੁਲ ਜੀ, ਤੇ ਚਲੋ ਕੋਈ ਨਹੀਂ ਆ, ਸਿਆਣੇ ਬੰਦੇ ਜਿਹੜੇ ਉਹਨਾਂ ਦੀ ਫਿਰ ਆਪਣੀ ਆਪਣੀ ਸੋਚ ਆ। ਬਿਲਕੁਲ ਜੀ, ਬਿਲਕੁਲ। ਨੀਲੀ ਬਾਜੀ 8-9 ਹਾਂ ਜੀ, ਇਹ ਨੀਲੀ ਗੱਬਣ ਜੀ। ਹਾਂ ਜੀ, ਗੱਬਣ ਸੀ। ਅੱਛਾ, ਇਹ ਅੱਜ ਹੀ ਲਈ ਆ। ਹਾਂ ਜੀ, ਆਪਣੇ ਲਾਗੋ ਲਈ ਆ, ਰਿਕਾਰਡ ਮੀ ਦਾ ਬਹੁਤ ਚੰਗਾ, ਪਰ ਇਹਨਾਂ ਨੇ ਜਦੋਂ ਦੀ ਆਈ ਆ ਸੰਗਲੀ ਦੀ ਇਹੋ ਗਾਲਿਆ, ਖਾਦਾ ਕੋਈ ਨਹੀਂ, ਇੱਥੇ ਘੱਟ ਖਾਦੇ ਥੋੜੇ। ਹਾਂ, ਤੋਰੋ ਬਾਜੀ, ਤੋਰੋ ਤੋਰੋ। ਲਓ ਜੀ, ਪਿਓਰ ਨੀਲੀ ਆ, ਚੈੱਕ ਕਰੋ ਘਰ ਜੀ। ਹੁਣ 13 ਲੀਟਰ ਹੈ, ਠੀਕ ਆ। ਲਓ ਜੀ, ਵੇਖੋ ਘਰਾਂ ਦੀ, ਆ ਜਾਓ ਇੱਧਰ, ਲਿਓ ਐਂ ਘੁਮਾਓ, ਇੱਧਰ ਲੰਮੀ ਘੁਮਾਓ। ਲਓ ਜੀ, ਪਿਓਰ ਨੇ ਆ, ਅੱਖਾਂ ਗੁਲਾਬੀ ਘਰਾਂ ਦੀ, ਨਹੀਂ ਚੰਗੀ ਭਾਜੀ, ਵੱਡੀ ਮੈਂ ਆਵਾਂ ਨਾਲੇ, ਨਹੀਂ ਵੱਡੀ ਵੱਡੀ ਗਰੰਟੀ ਆਈ ਅਜੇ ਸੁਣਦੀ ਨਹੀਂ ਅਜੇ। ਹਾਂਜੀ ਹਾਂ, ਫੋਨ ਆਉਂਦੀ ਆ, 8 ਦਿਨ ਲੈ ਜੂਗੀ, ਬੰਦ ਦੇ ਬੱਚੇ ਦੇ ਬੰਦੇ ਤੇ ਬੰਦ ਬੰਦ ਬੰਦ। ਹਾਂਜੀ, ਫਿਰ ਭਾਜੀ, ਫਿਰ ਮੁੱਲ ਤੇ ਲੱਖ ਕਰੋ ਜੀ, ਕਹਦਾ ਨਹੀਂ, ਮੁੱਲ 95 ਆ ਤੇ 90,000 ਦੀ ਮਹੀਨੀ, 90,000 ਦੀ। ਹਾਂਜੀ, ਠੀਕ ਆ, ਗਰੰਟੀ ਪੂਰੀ ਫੁੱਲ ਹੋ ਗਈ ਮਹੀਨੀ ਦੀ। ਚਲੋ, 13 ਲੀਟਰ ਦੀ ਗਰੰਟੀ ਆ, ਠੀਕ ਆ, ਥੋੜਾ ਜਿਹਾ ਛੋਟ ਛਾਟ ਕਰ ਦਾਂਗੇ ਚੋ। ਬਸ ਠੀਕ ਆ ਜੀ, ਇਹ ਦੀ ਇਹ ਸੰਦੀਪ ਸਿਆ ਮੈਂ ਹੀ ਕੱਢਣਿਆ। ਅੱਛਾ ਜੀ, ਤੇ ਇਹ ਮਤਲਬ
ਬਿਲਕੁਲ ਜੀ ਬਿਲਕੁਲ ਪਿਆਰ ਨਾਲ ਕੰਮ ਵੱਧ ਚੱਲਣਾ ਜੀ, ਤਜਰਬਾ ਕਰ ਲੈਣਾ ਇਹ ਮੇਰਠ ਦੇ ਬੰਦੇ ਮੇਰਠ ਲਈ ਹੈ ਜੀ। ਇੱਕ ਘੱਟ 70,000 ਦਾ ਇਹਦਾ ਸੌਦਾ ਹੈ ਜੀ। ਅੱਛਾ ਜੀ, ਤੇ 9,000 ਰੁਪਏ ਅਕਸਰ ਵੀਡੀਓ ਗਾ ਗਏ ਹੁਣ ਬਾਈ ਜੀ, 9,000 ਰੁਪਏ ਵੀਡੀਓ ਤੇ ਵੇਖੀ ਪਹਿਲਾਂ, 9,000 ਰੁਪਏ ਦੇ ਕੇ ਜਾ ਵੇਲੋ ਤੇ ਥਾਂ ਵੇਖ ਗਿਆ ਤੇ ਕੱਲ ਨੂੰ ਖਾਣੀ ਹੈ। ਬਸ ਬਸ ਐਂ ਹੀ ਹੈ ਜੀ, ਪਿਆਰ ਮੁਹੱਬਤ ਹੈ ਜੀ, ਪਿਆਰ ਬਣਾਓ ਬਿਲਕੁਲ ਜੀ, ਜੋੜ ਕੇ ਬੇਨਤੀ ਹੈ ਪਿਆਰ ਬਣਾਓ, ਥੋੜਾ ਕੁ ਵਿਸ਼ਵਾਸ ਰੱਖ ਕੇ ਵੇਖੋ ਕਿੰਨਾ ਵਜੇ ਦਾ। ਬਿਲਕੁਲ ਜੀ, ਸ੍ਰੀ ਸਾਹਿਬ ਪਹਿਲੇ ਨੇ ਝੋਟੀ। ਅੱਛਾ ਪਹਿਲਾ ਸੂਆ ਤੇ ਘਰ ਤੇ ਕਰੇ ਸੱਚੇ ਮਾਵਾਂ ਧੀਆਂ ਜਦੋਂ। ਅੱਛਾ ਜੀ, ਹਾਂਜੀ ਇੱਕੋ ਘਰ ਚੋਂ ਲਈਆਂ ਜੀ ਦੋਵੇਂ ਮਾਵਾਂ ਧੀਆਂ ਦੇ। ਠੀਕ ਆ, ਥੋੜਾ ਇਹ ਗੱਲ ਤੇ ਪਹਿਲੇ ਸੂਏ ਦੀ ਝੋਟੀ ਉੱਤੇ ਦੱਸੀ। ਲਓ ਜੀ ਇਹ ਵੀ ਦੇਖੋ ਘਰਾਂ ਦੀ, ਵੇਖੋ ਲੰਮੀ ਤੋਰੋ ਜੀ ਇਹਨੂੰ ਵੀ। ਆਹ ਵੇਖੋ ਆ ਜਾਓ ਚੰਗੀ ਬਣੋ ਬਾਈ ਜੀ, ਹੈਨਾ ਬੰਦ ਹੋ ਜੀ। ਹਾਂਜੀ ਫਿਰ ਦੂਜਾ ਸੋ ਝੋਟੀ ਤੇ ਵੇਖੋ ਸਿੰਗ ਦੀ ਕੁਆਲਿਟੀ। ਆਜੋ ਜੀ ਆਜੋ ਲਓ ਜੀ, ਬਾ ਠੀਕ ਹੈ ਜੀ। 14 ਕੁ ਲੀਟਰ ਦੀ ਗਰੰਟੀ, ਬਾ ਠੀਕ ਆ ਠੀਕ ਜੀ ਠੀਕ ਆ, ਤੇ ਮਤਲਬ ਖਰੀ ਆ ਵਧੀਆ ਟੁੱਟੀ ਹੈ। ਹਾਂਜੀ ਬਾਜੀ ਫਿਰ ਮੁੱਲ 1,10 ਜੀ। ਹਾਂਜੀ ਦੋ ਛੋੜ ਕਰੂੰਗਾ ਜੀ, ਦੋ 1,8 ਦੀ ਮੇਂ। ਚਲੋ ਠੀਕ ਆ, ਹਾਂਜੀ ਠੀਕ ਹੈ ਬਾਜੀ ਇਹ ਵੀ ਗੱਬਣੀ ਆ ਲਓ ਜੀ ਨੀਲੀ ਵੀ ਜੀ ਆਉਂਦੀ ਹੈ ਜੀ ਝੋਟੀ ਇਹ ਵੀ ਵਾਹ ਚੰਗੀ ਸੋਹਣੀ ਝੋਟੀ ਆ ਆਹ ਦੇਖੋ ਕਰੋ ਦੂਜਾ ਸੂਆ ਜੀ ਸੋਹਣੀ ਝੋਟੀ, ਬਹੁਤ ਸੋਹਣੀ ਹੈ ਜੀ, ਬਹੁਤ ਚੰਗੀ ਆ ਝੋਟੀ, ਸਫਾਈ ਬੜੀ ਆ, ਪਹਿਲੇ ਸਵੇ 8-9 ਲੀਟਰ ਦੁੱਧ ਦਿੰਦੀ। ਅੱਛਾ ਜੀ, ਹਾਂਜੀ ਚਲੋ ਆ ਜਾਓ ਜੀ। ਹਾਂਜੀ ਬਾਜੀ ਫਿਰ ਦੀ ਕੀਮਤ 60,000 ਨਾਲੇ ਬਿਲਕੁਲ ਬਾਜੀ ਆ ਜਾਓ ਜੀ ਆ ਜਾਓ
ਬਸ ਠੀਕ ਲੈ ਚਲੋ। ਹਾਂਜੀ ਭਾਜੀ ਫਿਰ ਸੰਦੀਪ ਸਿੰਘ ਇਹ ਜੇ ਮੰਨ ਲਓ ਐਸੇ ਵੀਡੀਓ 'ਚ ਮੰਨ ਲਓ ਹੁਣ ਕਿਸੇ ਮੇਰੇ ਸੱਜਣ ਨੇ ਮੰਗੀ ਤੇ 76,000 ਦੀ 76,000 ਦੀ ਜੇ 10 ਦਿਨ ਖਲੋ ਕੇ ਮੰਗਣ ਫਿਰ 80 ਤੋਂ ਬਾਹਰ ਦਿਨ ਠੀਕ ਹੈ ਠੀਕ ਹੈ ਖਰੀ ਮਈ ਹੈ ਤੇ ਆਹ ਜੀ ਇਹ ਸੰਦੀਪ ਸਿੰਘ ਸੂਈ ਆ ਹਾਜ ਇਹਦਾ ਬੱਚਾ ਕੱਟਾ ਜੀ ਕੱਟਾ ਤੇ ਇਹਦੇ 'ਚ ਮਤਲਬ ਆਪਣੇ ਕੋਲ ਮਈ ਸੂਈ ਹੈ 10 ਕਿਲੋ ਥੱਲੇ ਦੁੱਧ ਜੇ ਤੇ ਚਵਾਈ ਓਕੇ ਆ ਸਾਰਾ ਕੁਝ ਬਸ ਇਹ ਆ ਕਿ ਬੱਚੇ ਨੂੰ ਰਿੰਗਦੀ ਆ ਚੱਟਦੀ ਆ ਸਾਰੇ ਕੰਮ ਵਧੀਆ ਕਰਦੀ ਆ ਜਦੋਂ ਆਪਾਂ ਚੋਣੀ ਆ ਨਾ ਉਦੋਂ ਇੰਨਾ ਕੁ ਮਾਸਾ ਇੱਕ ਕਬਲਾ ਵੰਡਦਾ ਪਾ ਦੋ ਅਗਲੇ ਅੱਛਾ ਬਸ ਠੀਕ ਆ ਠੀਕ ਹੈ ਠੀਕ ਆ ਉਸੇ ਵੇਲੇ ਆ ਖਲੋ ਕੇ ਮਿਲੂਗੀ ਆ ਜਾਓ ਇਹ ਨਹੀਂ ਹੁੰਦਾ ਕਿ ਇਹਨੂੰ ਮਤਲਬ ਕਈ ਵਾਰੀ ਕਹਿੰਦੇ ਕਿ ਹਾਂ ਜੀ ਇਹਨੂੰ ਬੱਚਾ ਦੂਜਾ ਲਾਇਆ ਵਾ ਉਹ ਇਹੋ ਜਿਹਾ ਬਿਲਕੁਲ ਜੀ ਬਿਲਕੁਲ ਇਹ ਮਤਲਬ ਡੇਰੀ 'ਚ ਤੋਕੜ ਮਈ ਕਿਤੇ ਜਾਂਦੀ ਕਿਸੇ ਨੇ ਤੋਂ ਆਪਾਂ ਮਤਲਬ ਵੰਡ ਪਾ ਕੇ ਚੁੰਦੇ ਸੀ ਹਾਂਜੀ ਇਹ ਹੁਣ ਮਤਲਬ ਗਿੱਜੀ ਆ ਕਿ ਇਹਨੂੰ ਮਾਸਾ ਕੁ ਵੰਡ ਇੱਕ ਕੋਲਾ ਪਾ ਦੋ ਅਗਲੇ ਨੂੰ ਚਲੋ ਠੀਕ ਹੈ ਜੀ ਠੀਕ ਮਤਲਬ ਉਸੇ ਵੇਲੇ ਚਲੋ ਤੇ ਭਾਵੇਂ ਆਖੋ ਤੇ ਹੁਣ ਵੀ ਛੱਡ ਕੇ ਦਿਖਾ ਦਿੰਦੇ ਆ ਠੀਕ ਹੈ ਕੋਈ ਨਹੀਂ ਵੈਸੇ ਅੱਜ ਦੇ ਗੱਲ ਕਰਦਾ ਹਾਂ ਕਿ ਜੇ ਮੰਨ ਲਓ ਕਿਸੇ ਮਾੜਾ ਡੰਗਰ ਪੈ ਜਾਂਦਾ ਨਾ ਤੇ ਉਹ ਬੜੀਆਂ ਚੀਕਾਂ ਮਾਰਦਾ ਨਾ ਮੈਨੂੰ ਪੈ ਗਿਆ ਹਾਂਜੀ ਇਹ ਝੋਟੀ ਮੇਰੇ ਲਾਗੇ ਟਾਲੀ ਸਾਹਿਬ ਵੱਡਾ ਵਾ ਮੈਂ ਕਹਿ ਦਿੰਦਾ ਕਿ ਨਜ਼ਦੀਕ ਅੱਡਾ ਟਾਲੀ ਸਾਹਿਬ ਹਾਂਜੀ ਹਾਂਜੀ ਇਹ ਝੋਟੀ ਗੱਬਣ ਲਈ ਆ ਮੈਂ ਹਾਂਜੀ ਹਾਂਜੀ ਪਹਿਲਣ 'ਚ ਮੋੜ ਲਾ ਪਹਿਲਣ 'ਚ ਪਹਿਲਣ ਝੋਟੀ ਹਮੇਸ਼ਾ ਰੱਬ ਆਸਰੇ ਹੁੰਦੀ ਆ ਹੁੰਦੀ ਹੈ ਜੀ ਤੇ ਇੱਧਰ ਕੋਈ ਮੋੜ ਕੇ ਦੇ ਇੱਧਰ ਇੱਧਰ ਖਾਓ ਇੱਧਰ ਆ ਸਾਨੂੰ ਵੇਖਣਾ ਸੰਦੀਪ ਜਗਲਾ ਅੱਛਾ ਪਰ ਇਹ ਬੰਦੇ ਮਾਰਿਓ ਇੱਕ ਮਿੰਟ ਇੱਕ ਅੱਛਾ ਆ ਲੈ ਜੀ ਅਗਲੇ ਥਾਂ ਦੀ ਤਿੰਨ ਨਿਕਲ ਗਈ ਆ ਅੱਛਾ ਸੰਦੀਪ ਨੇ ਗਲਤ ਚੈਨਲ ਚ ਪਾਇਆ ਫੌਜੀ ਠੱਗੀ ਮਾਰ ਗਿਆ ਇਹ ਕੁਦਰਤ ਆ ਕੁਦਰਤ ਬਿਲਕੁਲ ਜੀ ਇਹ ਪਹਿਲਣ ਕੱਟੀ ਆ ਤੇ ਥਾਣ ਤੇ ਲੜਨ ਨਿਕਲ ਆਇਆ ਵਾ ਤੇ ਜੇ ਹੋਰ ਕਿਸੇ ਬੰਦੇ ਕੋਲ ਤੇ ਪਤਾ ਨੀ ਕਿੰਨੇ ਕੁ ਪੰਗੇ ਪਾਣੇ ਕੋਈ ਨੀ ਘੱਟ ਵੇਖ ਜੂਗੀ ਬਿਲਕੁਲ ਜੀ ਬਿਲਕੁਲ ਜੀ ਕੀ ਹੋ ਚੱਲਿਆ ਪਹਿਲਾ ਸੁਗਾ ਜਾਂਦਾ ਕਿ ਨਹੀਂ ਤਾਂ ਪੈਸੇ ਥੋੜਾ ਕਦੇ ਕਦੇ ਪੈਸੇ ਲੈ ਚੱਲਦੇ ਨਹੀਂ ਨਾ 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 ਕੋਈ ਗੱਲ ਨਹੀਂ ਅੱਜ ਇਹ ਘਾਟਾ ਪਾਉਣ ਦੀ ਦੂਜੀ ਕੋਈ ਨਫਾ ਨਹੀਂ ਬਿਲਕੁਲ ਜੀ ਬਿਲਕੁਲ ਇਹ ਆ ਵੀ ਚਲੋ ਥੋੜਾ ਮੈਂ ਕਹਿੰਦਾ ਵੀ ਜਿੱਦਾਂ ਮਤਲਬ ਦੇਖੀ ਜੀ ਗੱਲ ਤੇ ਚੀਕਾ ਮਾਰਦਾ ਤੇ ਨਾ ਉਹ ਮੈਂ ਮਰ ਗਿਆ ਵੀ ਮੇਰੀ ਮਹੀ ਆਇਓ ਤੇ ਲੜ ਨਿਕਲ ਆਇਓ ਤਾਂ ਘਾਟ ਨਿਕਲ ਬਿਲਕੁਲ ਜੀ ਕੁਛ ਨਹੀਂ ਹੋਣਾ ਵੀ ਘਾਟ ਵੇਖ ਜੂਗੀ ਇਹ ਹੁਣ ਆਪਾਂ 65,000 ਦੇ ਲਈ ਆ ਜਿੰਨੇ ਵੀਰ ਨੇ ਕਹਿੰਦੇ ਮੰਗਣੀ ਹੈ ਤੇ ਆਪਣੀ ਮਰਜ਼ੀ ਨਾਲ ਲੈਸ ਕਰਕੇ ਮੰਗ ਲਈ ਚਲੋ ਚਲੋ ਠੀਕ ਹੈ ਸੁਣੀ ਠੀਕ ਹੈ ਆਏ ਮਤਲਬ ਲੋਕਾਂ ਨੂੰ ਸਮਝਾਉਣ ਕਰਕੇ ਇਹ ਗੱਲ ਦੱਸਣ ਡਿਆ ਵਾ ਵੀ ਕੁਛ ਨਹੀਂ ਹੋਣਾ ਵੀ ਬਿਲਕੁਲ ਜੀ ਇਹਦੀ ਗੱਲ ਨਹੀਂ ਹੈ ਵੀ ਮੰਨ ਲਓ ਅੱਜ ਗਲਤ ਹੋ ਗਈ ਜੇ ਸਾਰੀਆਂ ਗਲਤੀ ਨਿਕਲੀ ਹੋਣੀਆਂ ਵਾ ਨਾ ਨਾ ਉਹ ਇਹਦੀ ਕੱਟੀ ਜੇ ਹਾਂਜੀ ਤੇ 8 ਲੀਟਰ ਮੇਰੇ ਸਾਹ ਤਿੰਨ ਵਾਲਾ ਦੁੱਧ ਦੇ ਰਹੇ ਬਸ ਠੀਕ ਹੈ ਜੀ ਤੇ ਚਲੋ ਕਰ ਦਾਂਗੇ ਲੈਸ ਜਿੰਨੀ ਕਹਿਣਗੇ ਬਸ 10,000 ਲੈਸ ਕਰ ਦਾਂਗੇ ਬਸ ਠੀਕ ਆ 65,000 ਦੀ ਲਈ ਜੇ ਟਾਲੀ ਸਾਹਿਬ ਵੱਡਾ ਲੱਗੇ ਜੇ ਅੱਛਾ ਜੀ ਤੇ 10,000 ਲੈਸ ਕਰ ਦਾਂਗੇ 55,000 ਦੀ ਦਾਂਗੇ ਚਲੋ ਠੀਕ ਹੈ ਠੀਕ ਹੈ ਚਵਾਈ ਇੱਕ ਨੰਬਰ ਕੱਟੀ ਦੀ ਬਸ ਆਹੀ ਹੈ ਜੀ ਇਹੋ ਡੰਗਰ ਜਾ ਦੇਖੋ ਮੇਰਾ ਵੀਰ ਵੇਖ ਲੈ ਬਹੁਤ ਸਾਰੇ ਪਸ਼ੂ ਆ ਬਾਈਆਂ ਕੋਲ ਜੀ ਪਰ ਤੁਹਾਡਾ ਵੀ ਫਰਜ਼ ਬਣਦਾ ਹੁਣ ਚੈੱਕ ਕਰਕੇ ਪਾਸ ਕਰਾਣਾ ਬਾਈ ਜੀ ਬਿਲਕੁਲ ਬਿਲਕੁਲ ਹਾਂਜੀ ਹਾਂ ਚਲੋ ਇਹ ਆ ਵੀ ਇਹ ਵਾਪਰੇ ਖੱਲ ਰਿਹਾ ਪਤਾ ਨਹੀਂ ਕਿਹੜੀ ਮਹੀਨੇ ਬਿਲਕੁਲ ਜੀ ਘਾਟਾ ਪਾਉਣਾ ਵਾ ਕਿਹਨੇ ਨਫਾ ਦੇਣਾ ਵਾ ਨਿੱਕੀ ਨਿੱਕੀ ਗੱਲ ਤੇ ਬੰਦੇ ਨੂੰ ਨਹੀਂ ਇਹ ਕਿ ਹਾਂ ਜਰਾ ਆ ਮਹੀਂ ਗਲਤ ਨਿਕਲ ਆਈ ਤੇ ਦੇਖ ਕਰਨਾ ਚਾਹੀਦਾ ਵਾ ਬਾਕੀ ਆਪਣੀ ਫਿਰ ਉਹ ਲਾਸਟ ਇੱਕ ਬੇਨਤੀ ਹੋਈ ਭਰਾਵਾਂ ਕਰੀ ਰਲ ਮਿਲ ਕੇ ਰਹੋ ਸ਼ਹੀਦੀ ਦਿਹਾੜੇ ਚੱਲਣ ਲੱਗੇ ਆ ਤੇ ਆ ਬਾਜੀ ਬਸ ਵਾਹਿਗੁਰੂ ਕਰੋ ਰੱਬ ਦਾ ਨਾਂ ਲਓ ਆਪਣੀ ਸੁੱਖ ਮੰਗੋ ਤੇ ਦੂਜੇ ਦੀ ਵੀ ਮੰਗੋ ਬਿਲਕੁਲ ਜੀ ਸਹੀ ਸੁਣੀ ਸਿਆ ਇਹੋ ਬੇਨਤੀਆਂ ਵਾ ਜਿਹਨੂੰ ਚੰਗਾ ਲੱਗਾ ਉਹਨੇ ਮਾਲ ਖਰੀਦ ਲੈਣਾ ਵਾ ਬਿਲਕੁਲ ਲੱਗ ਜਾਣਾ ਬਾਜੀ ਬਿਲਕੁਲ ਜੀ ਬਿਲਕੁਲ ਤੇ ਇਹੋ ਬੇਨਤੀਆਂ ਸੁਣੀ ਸਿਆ ਹੋਰ ਤੇ ਚਲੋ ਕੰਮ ਕਾਰ ਚੱਲਦੇ ਰਹਿਣੇ ਆਪਾਂ ਤੇ ਫਿਰ ਇੱਕ ਹੀ ਫਿਰ ਘੜੀ ਉਹ ਗੱਲ ਕਰਨ ਦਾ ਫਾਇਦਾ ਨਹੀਂ ਹੈ ਵੀ ਰਲ ਕੇ ਰਹੋ ਰਲ ਕੇ ਦਾ ਵਾਧਾ ਵਾ ਠੀਕ ਨਹੀਂ ਚੰਗੀ ਸੋਚ ਰੱਖ ਕੇ ਤਰੋ ਥੋੜ੍ਹੀ ਜੀ ਬਿਲਕੁਲ ਚੰਗੀ ਸੋਚ ਦਾ ਬਹੁਤ ਵਾਧਾ ਜੇ
ਥੱਲੇ ਵਾਲੀ ਸੋਚ ਰੱਖਣ ਦਾ ਤੇ ਫਿਰ ਘੱਟ ਹੁੰਦਾ ਕਿ ਨਹੀਂ? ਬਿਲਕੁਲ ਜੀ ਬਿਲਕੁਲ। ਹਾਂਜੀ ਇਹੋ ਬੇਨਤੀਆਂ, ਫੋਨ ਨੰਬਰ 9169888385 5356 5256, ਪਿੰਡ ਖੈੜੇ ਬਾਲਾ ਚੱਕ ਆ, ਤਹਿਸੀਲ ਸਾਨੂੰ ਬਾਬਾ ਬਕਾਲਾ ਪੈਂਦੀ ਆ, ਸਾਡੇ ਨਜ਼ਦੀਕ ਅੱਡਾ ਟਾਹਲੀ ਸਾਹਿਬ ਅਤੇ ਸੇਖ ਪੈਲਸ। ਬਾਕੀ ਫੋਨ 'ਤੇ ਕਨੈਕਟ ਹੋ ਜਾਣਾ। ਠੀਕ ਹੈ ਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ।